ਇਹ ਅੱਜ ਫਲੈਗ ਮਾਰਚ ਐਕਚੁਅਲੀ ਅਸੀਂ ਹੁਣ ਟਰਨ ਵਾਈਜ਼ ਇਸ ਜ਼ਿਲ੍ਹੇ 'ਚ ਸਾਡੀ ਵਾਰੀ ਸਿਰ ਆਉਂਦੀ ਰਹਿੰਦੀ ਆ, ਪਹਿਲਾਂ ਵੀ 2-3 ਵਾਰੀ ਫਲੈਗ ਮਾਰਚ ਕਰ ਚੁੱਕੇ ਹਾਂ। ਇਹ ਮਾਨਯੋਗ SSP ਸਾਹਿਬ ਹੁਸ਼ਿਆਰਪੁਰ ਸ੍ਰੀ ਸੁਰਿੰਦਰ ਲਾਂਬਾ ਜੀ ਦੀਆਂ ਹਦਾਇਤਾਂ 'ਤੇ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਪੈਰਾਮਿਲਟਰੀ ਫੋਰਸ BSF ਦੇ ਜਵਾਨ ਮਿਲੇ ਆ, ਜਿਨ੍ਹਾਂ ਨੂੰ ਲੈ ਕੇ ਅਸੀਂ ਸਿਟੀ ਏਰੀਆ ਗੜਸ਼ੰਕਰ ਦੇ ਵਿੱਚ ਪਹਿਲਾਂ ਫਲੈਗ ਮਾਰਚ ਕਰਾਂਗੇ, ਫਿਰ ਸੈਂਸਿਟਿਵ ਪੁਆਇੰਟਾਂ ਦੇ ਨਾਕੇਬੰਦੀ ਕਰਾਂਗੇ, ਅਤੇ ਉਸ ਤੋਂ ਬਾਅਦ ਜਿਹੜੇ ਸਾਡੇ ਡਰੱਗ ਅਫੈਕਟਡ ਜਾਂ ਹੋਰ ਸੈਂਸਿਟਿਵ ਪਿੰਡ ਆ ਉੱਥੇ ਅਸੀਂ ਸਰਚ ਕਰਵਾਵਾਂਗੇ ਇਹਨਾਂ ਨੂੰ ਨਾਲ ਲੈ ਕੇ ਆਪਣੇ ਸਿਟੀ ਏਰੀਆ ਗੜਸ਼ੰਕਰ ਦੇ ਏਰੀਏ ਦੇ ਵਿੱਚ। ਹਾਂਜੀ ਹਾਂਜੀ, ਲਗਾਤਾਰ ਇਹ ਚੱਲੇਗਾ ਅਪ ਟੂ ਇਲੈਕਸ਼ਨ, ਖਾਸ ਕਰਕੇ ਆਪਣੇ ਜਦੋਂ ਪੋਲਿੰਗ ਹੋਊਗੀ ਤਦ ਤੱਕ ਰੈਗੂਲਰ ਇਹ ਪ੍ਰੈਕਟਿਸ ਚੱਲੇਗੀ, ਤਾਂ ਜੋ ਮਾੜੇ ਅਨਸਰਾਂ ਨੂੰ ਇੱਥੋਂ ਨੱਥ ਪਾਈ ਜਾ ਸਕੇ ਅਤੇ ਮਾੜੇ ਕੰਮਾਂ ਤੋਂ ਪਾਸੇ ਰੱਖਿਆ ਜਾ ਸਕੇ।